ਜਦੋਂ ਮਨਪ੍ਰੀਤ ਬਾਦਲ ਦੇ ਖਿਲਾਫ ਵੀ ਪਰਚਾ ਦਰਜ ਹੁੰਦਾ ਤਾਂ ਮੰਨਦੇ ਹੋ ਨਾ ਕਿ ਮੈਂ ਕਿਸੇ ਨੂੰ ਨਹੀਂ ਛੱਡਦਾ ਫਿਰ? ਠੀਕ ਹੈ, ਮਨਪ੍ਰੀਤ ਬਾਦਲ ਨੇ ਮੈਨੂੰ ਪੋਲਿਟਿਕਸ 'ਚ ਲੈ ਕੇ ਆਉਂਦਾ, ਉਹਨੇ ਉਦੋਂ ਪੰਜਾਬ ਦਾ ਸੁਨੇਹਾ ਦਿੱਤਾ ਸੀ ਤੇ ਮੈਂ ਤਾਂ ਉਹ ਸੁਨੇਹੇ 'ਤੇ ਖੜਾ ਨਾ, ਮੈਂ ਤਾਂ ਉਸੇ ਸੁਨੇਹੇ 'ਤੇ ਖੜਾ। ਆਪ ਕਿੱਧਰ ਚਲੇ ਗਏ ਜਨਾਬ? ਉਹ ਮੈਨੂੰ ਕਹਿੰਦਾ ਤੂੰ ਡਰਾਮੇਬਾਜ਼ ਹੈ। ਉਹ ਮੈਂ ਕਿਹਾ ਸ਼ਹੀਦ ਆਜ਼ਮ ਭਗਤ ਸਿੰਘ ਦੇ ਪਿੰਡ ਦੀ ਮਿੱਟੀ ਦੀ ਸਹੁੰ ਖਾ ਕੇ ਕਾਂਗਰਸ ਜਾਣਾ, ਉਹਦੇ ਬਾਅਦ ਬੀਜੇਪੀ ਜਾਣਾ, ਇਦੂ ਵੱਡਾ ਤਾਂ ਡਰਾਮੇਬਾਜ਼ ਹੀ ਨਹੀਂ ਕੋਈ ਹੋ ਸਕਦਾ, ਔਸਕਰ ਅਵਾਰਡ ਮਿਲਣਾ ਚਾਹੀਦਾ। ਮੈਂ ਉੱਥੇ ਖੜਾ ਅਮਨ, ਮੈਂ ਤਾਂ ਉੱਥੇ ਖੜਾ ਈਲਵਾਲ ਸਾਹਿਬ, ਮੈਂ ਤਾਂ ਸਹੁੰ ਜਾ ਕੇ ਉਸੇ ਪਿੰਡ ਹੀ ਚੁੱਕੀ ਹੈ ਨਾ ਫਿਰ। ਹੱਦ ਆ ਯਾਰ ਇਹ ਲੋਕ, ਇਹ ਕਾਕਾ ਜੀ, ਇਹਨਾਂ ਨੂੰ ਘਰੇ ਪਤਾ ਕੀ ਕਹਿੰਦੇ? ਕਾਕਾ ਜੀ, ਜਿਹੜਾ ਛੋਟਾ ਹੈ ਛੋਟੇ ਕਾਕਾ ਜੀ, ਜਿਹੜੀ ਮੈਡਮ ਹੈ ਬੀਬਾ ਜੀ, ਆਪਣੇ ਵਾਲੀਆਂ ਨੂੰ ਕੋਈ ਕਹਿੰਦਾ ਬੀਬਾ ਜੀ? ਇਹ ਕਾਕਾ ਜੀ ਬੀਬਾ ਜੀ ਨੇ, ਇਹਨਾਂ ਤੋਂ ਖੈੜਾ ਛਡਾਉਣਾ ਪੈਣਾ ਆਪਾਂ ਨੂੰ। ਇਹ ਅੰਗਰੇਜ਼ਾਂ ਵੇਲੇ ਅੰਗਰੇਜ਼ਾਂ ਨਾਲ ਸੀ, ਮੁਗਲਾਂ ਵੇਲੇ ਮੁਗਲਾਂ ਨਾਲ ਸੀ, ਕਾਂਗਰਸ ਵੇਲੇ ਕਾਂਗਰਸ ਨਾਲ ਸੀ, ਅਕਾਲੀਆਂ ਵੇਲੇ ਅਕਾਲੀਆਂ ਨਾਲ ਸੀ, ਬੀਜੇਪੀ ਵੇਲੇ ਬੀਜੇਪੀ ਨਾਲ ਹੋ ਜਾਂਦੇ ਆ। ਹੱਦ ਆ ਯਾਰ, ਕਦੇ ਲੋਕਾਂ ਨਾਲ ਵੀ ਹੋ ਕੇ ਦੇਖੋ ਯਾਰ। ਸੀਐਮ ਸਾਹਿਬ, ਅੱਜ ਇੱਕ ਸਿਆਸੀ ਜਲਸੇ 'ਚ ਤੁਹਾਡੀ ਮੈਨੂੰ ਧਮਕੀ ਵਸੂਲ ਹੋਈ ਹੈ। ਮੈਂ ਤਾਂ ਤੁਹਾਨੂੰ ਇੱਕ ਗੱਲ ਯਾਦ ਹੀ ਕਰਾਉਣੀ ਚਾਹੁੰਦਾ ਕਿ ਸ਼ੋਹਰਤ ਆਰਜ਼ੀ ਚੀਜ਼ ਹੁੰਦੀ ਹੈ, ਹਰ ਦਿਲ ਅਜ਼ੀਜ਼ੀ ਇਹ ਇਤਫਾਕੀ ਹਾਦਸਾ ਹੁੰਦਾ, ਤੇ ਤਾਕਤ ਤੇ ਹਕੂਮਤ ਨਾ ਅੱਜ ਤੱਕ ਕਿਸੇ ਇਨਸਾਨ ਕੋਲੇ ਸਦਾ ਰਹੀ ਹੈ ਤੇ ਨਾ ਤੁਹਾਡੇ ਕੋਲੇ ਰਹਿਣੀ ਹੈ। ਸਸਤੀ ਸ਼ੋਹਰਤ ਨਾ ਖਰੀਦੋ, ਅੰਗਰੇਜ਼ਾਂ ਨਾਲ ਰਲ ਗਏ, ਮੁਗਲਾਂ ਨਾਲ ਰਲ ਗਏ, ਮਨਪ੍ਰੀਤ ਜਿਹੜਾ ਉਹ ਆਪਣੇ ਪੀਪੀਪੀ ਦੇ ਆਦਰਸ਼ਾਂ ਤੇ ਨਹੀਂ ਖੜਾ। ਜੇ ਕੋਈ ਬੰਦਾ ਪੰਜਾਬ 'ਚ ਪੀਪੀਪੀ ਦੇ ਆਦਰਸ਼ਾਂ ਤੇ ਖੜਾ ਤਾਂ ਮਨਪ੍ਰੀਤ ਖੜਾ, ਜੇ ਨਹੀਂ ਖੜਾ ਤਾਂ ਭਗਵੰਤ ਨਹੀਂ ਖੜਾ। ਅੱਜ ਸਾਰੇ ਹਿੰਦੁਸਤਾਨ ਦੇ ਵਿੱਚ ਕਾਫਲਿਆਂ 'ਚ ਤੇ ਹੈਲੀਕਾਪਟਰ ਤੇ ਹਵਾਈ ਜਹਾਜ਼ਾਂ 'ਚ ਤੁਰੇ ਫਿਰਦੇ ਆ ਜਿਵੇਂ ਕੋਈ ਮੁਗਲੀਆ ਸ਼ਹਿਜ਼ਾਦੇ ਤੁਰੇ ਫਿਰਦੇ ਆ। ਮੇਰੇ ਕਿੰਨੋਂ ਤੁਹਾਨੂੰ ਯਾਦ ਆਉਂਦੇ ਆ, ਤੇ ਮੈਨੂੰ ਵੀ ਯਾਦ ਹੈ ਕਿ ਤੁਸੀਂ ਮੇਰੀ ਡਿੱਕੀ 'ਚ ਰੁੜਦੇ ਫਿਰਦੇ ਹੁੰਦੇ ਸੀ। ਮਨਪ੍ਰੀਤ ਦਾ ਮੂੰਹ ਨਾ ਖੁਲਾਓ, ਜੇ ਮਨਪ੍ਰੀਤ ਦਾ ਮੂੰਹ ਖੁੱਲ ਗਿਆ ਤਾਂ ਹੋ ਸਕਦਾ ਪੰਜਾਬ 'ਚ ਤੁਹਾਨੂੰ ਲੁਕਣ ਨੂੰ ਥਾਂ ਨਾ ਰਵੇ। ਸਿਆਣੇ ਇੱਕ ਗੱਲ ਹਮੇਸ਼ਾ ਕਿਹਾ ਕਰਦੇ ਆ ਕਿ ਜੇ ਤਾਗਾ ਬਹੁਤਾ ਲੰਬਾ ਹੋ ਜੇ ਜਾਂ ਜ਼ੁਬਾਨ ਬਹੁਤੀ ਲੰਬੀ ਹੋ ਜੇ ਤਾਂ ਉਲਝ ਜਾਂਦੇ ਆ। ਇਸੇ ਕਰਕੇ ਕਹਿੰਦੇ ਆ ਕਿ ਤਾਗਾ ਜਿਹੜਾ ਲਪੇਟ ਕੇ ਰੱਖੋ ਤੇ ਜ਼ੁਬਾਨ ਜਿਹੜੀ ਹੈ ਇਹ ਸਮੇਟ ਕੇ ਰੱਖੋ। ਧਮਕੀਆਂ ਬੁਜ਼ਦਿਲ ਲੋਕ ਦਿਆ ਕਰਦੇ ਆ, ਤੁਸੀਂ ਗਲਤ ਬੰਦਾ ਚੁਣ ਲਿਆ। ਮੈਂ ਤੁਹਾਡੀਆਂ ਧਮਕੀਆਂ ਤੋਂ ਡਰਨ ਵਾਲਾ ਨਹੀਂ। ਔਰ ਇੱਕ ਕਚਹਿਰੀ ਹੁੰਦੀ ਹੈ ਜਿਹੜੀ ਆਵਾਮ ਦੀ ਕਚਹਿਰੀ ਹੁੰਦੀ ਹੈ, ਲੋਕਾਂ ਦੀ ਕਚਹਿਰੀ ਹੁੰਦੀ ਹੈ, ਕਾਨੂੰਨ ਦੀ ਕਚਹਿਰੀ ਹੁੰਦੀ, ਇੱਕ ਰੱਬ ਦੀ ਕਚਹਿਰੀ ਹੁੰਦੀ ਹੈ। ਤੇ ਜੇ ਤਾਂ ਸੱਚ ਦੀ ਪਿੱਚ ਤੇ ਖੇਡਣਾ ਫਿਰ ਤਾਂ ਮਨਪ੍ਰੀਤ ਸੁਰਖਰੂ ਹੋ ਕੇ ਨਿਕਲੂਗਾ। ਜੇ ਪੰਜਾਬ ਨਾਲ ਵਫਾਦਾਰੀ ਦੀ ਪਿੱਚ ਤੇ ਖੇਡਣਾ ਤਾਂ ਮਨਪ੍ਰੀਤ ਸੁਰਖਰੂ ਹੋ ਕੇ ਨਿਕਲੂਗਾ, ਵਰਨਾ ਤੁਹਾਡੇ ਕੋਲੇ ਪੁਲਿਸ ਹੈ, ਵਿਜੀਲੈਂਸ ਹੈ, ਜੋ ਮਰਜ਼ੀ। ਮੈਂ ਅੱਜ ਤੋਂ 3 ਦਿਨ ਪਹਿਲਾਂ ਵੀ ਇਹ ਗੱਲ ਕਹੀ ਸੀ, ਅੱਜ ਫੇਰ ਦੁਹਰਾਉਣਾ। ਤੇ ਰੋਜ਼ ਰੋਜ਼ ਮੈਂ ਤੁਹਾਡੀਆਂ ਧਮਕੀਆਂ ਦੀ ਜਾਂ ਕੋਈ ਉਡੀਕ ਨਹੀਂ ਕਰੂੰਗਾ, ਨਾ ਮੇਰੇ ਕੋਲ ਜਵਾਬ ਦੇਣ ਦਾ ਟਾਈਮ ਹੈ। ਜੇ ਮਨਪ੍ਰੀਤ ਦੇ ਖਿਲਾਫ ਜਾਂ ਮਨਪ੍ਰੀਤ ਨੇ ਪੰਜਾਬ ਨਾਲ ਕੋਈ ਬੇਵਫਾਈ ਕੀਤੀ ਹੈ, ਜੋ ਤੁਹਾਡਾ ਦਿਲ ਕਰਦਾ ਹੈ ਝੂਠਾ ਸੱਚਾ ਕੇਸ ਬਣਾਓ, ਮੈਂ ਇਸ ਗੱਲ ਤੋਂ ਨਹੀਂ ਡਰਦਾ। ਪਰ ਇੱਕ ਅੰਗਰੇਜ਼ੀ ਦਾ ਮੁਹਾਵਰਾ ਹੈ ਕਿ ਹੂਮ ਦ ਗੋਡਸ ਵਿਸ਼ ਟੂ ਡਿਸਟਰੋਏ ਤੇ ਫਸਟ ਮੇਕ ਦੈਮ ਮੈਡ। ਪਰਮਾਤਮਾ ਨੇ ਜਿਨ੍ਹਾਂ ਦਾ ਨੁਕਸਾਨ ਕਰਨਾ ਹੁੰਦਾ ਉਹ ਪਹਿਲਾਂ ਉਹਨਾਂ ਦੀ ਅਕਲ ਤੇ ਪੜਦੇ ਪਾ ਦਿੰਦਾ। ਉਹਨਾਂ ਨੂੰ ਦਿਸਦਾ ਤਾਂ ਹੁੰਦਾ ਪਰ ਅੱਖਾਂ ਦੇ ਅੱਗੇ ਪੜਦੇ ਹੁੰਦੇ, ਉਹਨਾਂ ਨੂੰ ਸੁਣਦਾ ਤਾਂ ਹੁੰਦਾ ਪਰ ਉਹਨਾਂ ਦੇ ਕੰਨਾਂ ਦੇ ਉੱਤੇ ਪੜਦੇ ਪੈ ਜਾਂਦੇ ਆ। ਇਸ ਕਰਕੇ ਮੈਂ ਤੁਹਾਡੀ ਅਗਲੀ ਧਮਕੀ ਦੀ ਉਡੀਕ ਨਹੀਂ ਕਰਨੀ, ਜੋ ਤੁਹਾਡਾ ਦਿਲ ਕਰਦਾ ਕਰਿਓ। ਬਹੁਤ ਧੰਨਵਾਦ।